हेलो जी, किदां सारे जन? ठीक ठाक, वधिया। सत श्री अकाल जी सारिआं नूं। ते मैं थले वेखदी पई मेरी चप्पल कित्थे, चप्पल मेरी पई उधर। ते मैं सोचा भी क्यों ना तुहाडे नाल अज छोटी जी एक वीडियो बनाईए। अज पर घर विच बहुत ज्यादा खारा पिया आ, कपड़े धोते ही ते उहनां दे सुकाउण करके जिहड़ा ना अंदर हीटरां दे पा पा के कपड़े जिहड़े सुकाए आ। ते करदे आ शुरू। अज ठंड भी इन्नी ज्यादा ही ना बाहर, ओ हो बर्फ पई वाला पूरा साहब ही। ते इधर बैड दे ते सारे कपड़े सुके आ, ये जोड़ने आ। ते दूसरे कमरे च चलती हाँ, दूसरे च भी इदा ही आ, बुरे दे बुरे कपड़े हैं। धोन वाले ही जिन्ने सारे कल मैं धो दिते परसों कपड़े। ते हुण मैं सोचदी हाँ कि पहला आपां कपड़े कुपड़े जोड़ लीए ते करिए साफ सफाई। ਸਾਡੇ ਜਿਹੜੇ ਆ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਬਹੁਤ ਬਰਫ ਦੱਸੀ। ਤੇ ਅੱਜ ਮੈਂ ਜਦੋਂ ਗਈ ਸੀ ਨਾ ਬਾਹਰ ਸ਼ਾਮ ਨੂੰ ਛੱਡਣ ਸਕੂਲ, ਇੰਨੀ ਜ਼ਿਆਦਾ ਠੰਡੀ ਨਾ, ਕੋਰਾ ਨਹੀਂ ਕਹਿ ਸਕਦੇ ਸੀ ਉਹਨੂੰ, ਬਰਫ ਹੀ ਕਹਿ ਸਕਦੇ ਸੀ। ਤੇ ਦੇਖਦੇ ਹਾਂ ਬਾਹਰ ਜਾ ਕੇ, ਧੁੱਪ ਦੇ ਪਰ ਬਹੁਤ ਲੱਗੀ ਆ ਪਰ ਠੰਡ ਵਾਲੀ ਆ। ਅੱਗੇ ਜਦੋਂ ਮੈਂ ਸ਼ਾਮ ਨੂੰ ਛੱਡ ਕੇ ਆਈ ਨਾ, ਉੱਥੇ ਸਾਰਾ ਐਨ ਚਿੱਟਾ ਹੋਇਆ ਪਿਆ ਸੀ ਬਰਫ ਦੇ ਨਾਲ। ਤੇ ਉਦੋਂ ਮੈਂ ਵੀਡੀਓ ਨਹੀਂ ਬਣਾਈ ਕਿਉਂਕਿ ਗੁਰਸ਼ਾਨ ਦੇ ਸਕੂਲੇ ਜਦੋਂ ਮੈਂ ਛੱਡਣ ਗਈ ਸੀ ਨਾ, ਇੰਨੀ ਕੁ ਜ਼ਿਆਦਾ ਠੰਡੀ ਨਾ, ਮੇਰੇ ਜਿਹੜੇ ਆ ਨਾ ਇੱਕਦਮ ਹੱਥ ਜਿਹੜੇ ਲਾਲ ਹੋ ਗਏ ਸੀ ਠੰਡ ਦੇ ਨਾਲ। ਤੇ ਤਿੰਨ ਚਾਰ ਦਿਨਾਂ ਤੋਂ ਤਰਨ ਵੀ ਘਰੇ ਸੀ, ਫਿਰ ਛੁੱਟੀਆਂ ਆ ਗਈਆਂ, ਛਾਣ ਵੀ ਘਰੇ ਸੀ। ਤੇ ਘਰ ਵਿੱਚ ਜਿਹੜਾ ਇੱਦਾਂ ਹੀ ਖਲਾਰਾ ਜਿਹਾ ਬਹੁਤ ਹੀ। ਅੱਜ ਹੁਣ ਕਰਦੇ ਹਾਂ ਸਾਰੀ ਘਰ ਦੀ ਪਹਿਲਾਂ ਸਾਫ਼ ਸਫਾਈ। ਤੇ ਬਾਕੀ ਜੀ ਸਾਰੇ ਪੁੱਛਦੇ ਸੀ ਵੀ ਤੁਸੀਂ ਘਰ ਰੈਂਟ 'ਤੇ ਲਿਆ ਕੇ ਜਾਂ ਆਪਣਾ? ਇਹ ਜੀ ਅਸੀਂ ਆਪਣਾ ਹੀ ਖੁਦ ਦਾ ਲਿਆ ਆ, ਰੈਂਟ 'ਤੇ ਨਹੀਂ ਆ ਘਰ। ਅਤੇ ਇੱਕ ਜਣਿਆਂ ਦੇ ਪਤਾ ਨਹੀਂ ਦੀਦੀ ਹੈ ਸ਼ਾਇਦ, ਉਹਨਾਂ ਦਾ ਮੈਸੇਜ ਆਇਆ ਕਿ ਤੁਸੀਂ ਜਿਹੜਾ ਬੈਡਰੂਮ ਲਿਆ ਵਾ ਇਹ ਕੀ ਆ ਪ੍ਰਾਈਜ਼? ਇਸ ਕਮਰੇ ਵਾਲਾ ਜਿਹੜਾ ਵਾ ਪ੍ਰਾਈਜ਼ ਹੀ ਕੋਈ 1300 ਹੀ ਪ੍ਰਾਈਜ਼, 1300-1400 'ਚ ਸਾਨੂੰ, ਮਤਲਬ ਕਿ 1300 ਅਤੇ 1500 ਦੇ ਵਿੱਚ ਪਿਆ ਸੀ। ਅਤੇ ਇਸ ਕਮਰੇ ਵਾਲਾ ਜਿਹੜਾ ਬੈਡਰੂਮ ਸੀ, ਇਹ ਅਲਮਾਰੀ ਹੈ ਬੈਕ ਸਾਈਡ 'ਤੇ, ਅਤੇ ਇੱਧਰ ਜਿਹੜਾ ਲੱਗਾ ਵਾ ਆਪਣਾ ਬੈੱਡ, ਇਹ ਕੋਈ ਸਾਨੂੰ 1100-1200 ਦੇ ਵਿੱਚ ਪਿਆ ਸੀ। ਅਤੇ ਹੁਣ ਰਹਿ ਗਏ ਸਾਡੇ ਸੋਫੇ ਆਉਣ ਵਾਲੇ, ਅਤੇ ਉਹ ਵੀ ਵੇਖੋ ਇਸ ਮਹੀਨੇ ਦੇ ਵਿੱਚ ਆ ਜਾਣੇ ਆ। ਅੱਜ ਹੋ ਗਈ 6 ਤਰੀਕ, ਅੱਜ ਅਸੀਂ ਗਏ, ਮਤਲਬ ਕਿ ਔਡਰ ਕਰਕੇ ਆਏ ਸੀ, ਉਹਨਾਂ ਨੇ ਤਰੀਕ ਦੇ ਦਿੱਤੀ 6 ਅਤੇ 12 ਦੇ ਵਿੱਚ ਆਉਣ ਕੇ ਤੁਸੀਂ ਅਪਾਇੰਟਮੈਂਟ ਲੈ ਲੈਣੀ ਆ। ਅਤੇ ਉਹ ਅਪਾਇੰਟਮੈਂਟ ਅੱਜ ਵੇਖਦੀ ਹਾਂ ਲੈ ਕੇ ਕੀ ਤਰੀਕ ਮਿਲਦੀ ਹੈ, ਕਿੰਨੀ ਦੀ ਮਿਲਦੀ ਆ, ਫਿਰ ਉਸ ਦਿਨ ਆਣ ਕੇ ਜਿਹੜਾ ਉਹਨਾਂ ਨੇ ਸੋਫੇ ਛੱਡ ਜਾਣਗੇ। ਅਤੇ ਇੱਧਰ ਗੁਰਸ਼ਾਨ ਨੇ ਲਾ ਲਿਆ ਆਪਣਾ ਕ੍ਰਿਸਮਸ ਟ੍ਰੀ, ਬਹੁਤ ਖੁਸ਼ ਆ ਹੁਣ, ਕਿਉਂਕਿ ਜਦੋਂ ਸਕੂਲੇ ਜਾਂਦਾ ਸੀ ਆਉਂਦਾ ਸੀ ਬਾਹਰ ਬੜੇ ਬੜੇ ਵੱਡੇ, ਉਹਨਾਂ ਨੇ ਕ੍ਰਿਸਮਸ ਟ੍ਰੀ ਲਾਏ ਸੀ, ਬੱਬਨ ਤਾਲੇ ਜੇ ਲਾਏ ਸੀ, ਸੈਂਟਾ ਕਲੋਕ ਲਾਏ ਸੀ ਸਾਰੇ, ਅਤੇ ਰੋਂਦਾ ਸੀ ਕਿ ਮੈਨੂੰ ਲੱਗਦਾ ਹੁਣ ਰੋਣ ਡਿਆ ਆ ਕਿ ਮੈਨੂੰ ਗਿਫਟ ਕਿੱਦਾਂ ਦੇਣਾ ਵਾ, ਸੈਂਟਾ ਕਲੋਕ ਨਹੀਂ ਆਣਗੇ। ਹੁਣ ਵੇਖੋ ਉਹਨੂੰ ਛੁੱਟੀਆਂ ਪੈਣੀਆਂ 21 ਤਰੀਕ ਨੂੰ, ਫਿਰ ਉਹਦੇ ਵਾਸਤੇ ਇੱਕ ਗਿਫਟ ਲਿਆਵਾਂਗੇ, ਫਿਰ ਰਾਤ ਨੂੰ ਚੋਰੀ ਚੋਰੀ ਇਹਦੇ ਥੱਲੇ ਰੱਖ ਦਾਂਗੇ ਵੀ ਉਹ ਆਇਆ ਸੀ ਅਤੇ ਤੈਨੂੰ ਦੇ ਗਿਆ ਗਿਫਟ। ਬਸ ਨਿਆਣਿਆਂ ਨੂੰ ਇਹੋ ਹੀ ਆ। ਅਤੇ ਕਰੀਏ ਸਾਫ਼ ਸਫਾਈ, ਅੱਜ ਮੇਰੀ ਕਿਚਨ ਵੀ ਸਾਫ਼ ਕਰਨ ਵਾਲੀ ਆ। ਪਹਿਲਾਂ ਮੈਂ ਇੱਕ ਵਾਰੀ ਸਾਰੇ ਕੱਪੜੇ ਵਗੈਰਾ ਜੋੜ ਦੇਵਾਂ ਅਤੇ ਫਿਰ ਆਪਾਂ ਮਿਲਦੇ ਹਾਂ। ਲਓ ਜੀ ਅਸੀਂ ਕਰ ਲਏ ਸਾਰੇ ਆਪਣੇ ਕਮਰੇ ਕਲੀਨ ਸਾਫ਼, ਅਤੇ ਇੱਧਰ ਵਾਲਾ ਕਮਰੇ 'ਚ ਵੀ ਸਾਰਾ ਸਮਾਨ ਚੱਕ ਲਿਆ। ਬਾਹਰ ਧੁੱਪ ਲੱਗੀ ਆ ਪਰ ਬਹੁਤ ਜ਼ਿਆਦਾ ਠੰਡੀ ਹਵਾ ਚੱਲਣ ਡਈ ਆ। ਅਤੇ ਹੁਣ ਮੈਂ ਚੱਲੀ ਹਾਂ ਹਾਲ ਦੇ ਵਿੱਚ ਸਾਫ਼ ਸਫਾਈ ਕਰਨ, ਮੂੰਗਫਲੀ ਖਾਧੀ ਉੱਦਾਂ ਹੀ ਪਏ ਆ ਛਿਲਕੇ, ਅਤੇ ਇਹਦੀ ਕਰਦੀ ਸਾਫ਼ ਸਫਾਈ। ਅਤੇ ਅੱਜ ਮੈਂ ਪਹਿਲਾਂ ਸ਼ਟਰ ਚੱਕ ਲਈਏ, ਇੱਕ ਸਾਰਾ ਘਰ ਹਵਾ ਆਏ। ਲਓ ਜੀ ਆਪਾਂ ਸਾਰਾ ਬਾਹਰੋਂ ਵੀ ਚੱਕ ਲਿਆ ਵਾ ਸਮਾਨ, ਬਾਹਰ ਤਾਂ ਬਿਲਕੁਲ ਨਹੀਂ ਦਿਲ ਕਰਦਾ ਆਉਣ ਨੂੰ, ਠੰਡ ਹੀ ਇੰਨੀ ਕੁ ਜ਼ਿਆਦਾ ਹੈ, ਕਰਨਾ ਕੀ ਆ। ਇਹ ਅਸੀਂ ਜੁੱਤੀਆਂ ਲੈ ਰਹੇ ਹਾਂ ਜਿਹੜਾ ਬਾਹਰ ਹੀ ਪਿਆ ਆ। ਚਲੋ ਜੀ ਅਸੀਂ ਪਹਿਲਾਂ ਕਰ ਲਈ ਸਾਫ਼ ਸਫਾਈ, ਫਿਰ ਆਪਾਂ ਮਿਲਦੇ ਹਾਂ, ਫਿਰ ਕਰਦੇ ਹਾਂ ਗੱਲਬਾਤ। ਲਓ ਜੀ ਮੈਂ ਸੋਚਦੀ ਸੀ ਪਹਿਲਾਂ ਵੀ ਰਸੋਈ ਦਾ ਕੰਮ ਖਤਮ ਕਰਕੇ ਫਿਰ ਇਸ ਘਰ ਦੀ ਸਾਫ਼ ਸਫਾਈ ਕਰਾਂ, ਅਤੇ ਇੱਧਰ ਮੈਂ ਆਟਾ ਗੁੰਨ ਕੇ ਰੱਖ ਲਿਆ। ਅਤੇ ਅੱਜ ਮੈਂ ਬਣਾਉਣ ਲੱਗੀ ਸੀ ਆਲੂ ਅਤੇ ਗੋਭੀ ਦੀ ਸਬਜ਼ੀ, ਅਤੇ ਮੈਂ ਸੋਚਣੀ ਵੀ ਪਹਿਲਾਂ ਮੈਂ ਤੜਕਾ ਲਾ ਲਾਂ, ਤੜਕਾ ਲਾਉਣ ਤੋਂ ਬਾਅਦ ਸਾਰੇ ਘਰ ਦੀ ਸਾਫ਼ ਸਫਾਈ ਕਰਦੇ ਹਾਂ ਕਿਉਂਕਿ ਸਫਾਈ ਨੂੰ ਲੱਗ ਜਾਣਾ ਟਾਈਮ।
ਤੇ ਫਿਰ ਦੁਪਹਿਰ ਦਾ ਟਾਈਮ ਵੈਸੇ ਹੋ ਜਾਣਾ ਵਾ ਫਿਰ ਭੁੱਖ ਲੱਗ ਜਾਣੀ ਹੈ ਫਿਰ ਤਾਂ ਸਬਜ਼ੀ ਕੋਈ ਨਹੀਂ ਹੈਗੀ ਘਰ ਬਣੀ ਅਤੇ ਮੈਂ ਸੋਚਿਆ ਵੀ ਕਿਉਂ ਨਾ ਪਹਿਲਾਂ ਸਬਜ਼ੀ ਬਣਾ ਕੇ ਆਟਾ ਗੁੰਨ ਕੇ ਰੱਖ ਲਾਂ ਅਤੇ ਫਿਰ ਕਰਦੇ ਹਾਂ ਸਾਫ਼ ਸਫਾਈ ਆਪਾਂ ਅਤੇ ਸਬਜ਼ੀ ਬਣਾ ਕੇ ਮਿਲਦੇ ਹਾਂ ਤੁਹਾਨੂੰ ਆਪਾਂ ਅਸੀਂ ਇੱਧਰ ਵੀ ਚੰਗੇ ਆ ਗਏ ਚੱਲ ਮੈਨੂੰ ਦੱਸ ਆਹ ਕੀ ਬਣਾ ਕੇ ਲਿਆ ਹੋ ਚਲੋ ਮੈਨੂੰ ਦੱਸ ਵਿਖਾਓ ਇੱਧਰ ਨੂੰ ਉੱਪਰ ਨੂੰ ਕਰਕੇ ਆਹ ਵੇਖੋ ਛਾਨੀ ਅੱਜ ਬਣਾ ਕੇ ਲਿਆ ਲੱਭ ਲਓ सब कुछ मम्मा ही फड़ना मम्मा ने बैग भी फड़िया काने फाला प्यांजरे ते छानी भी ते प्यांजरे ही है फाला 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 छानी फाला फाला छानी डर गई अज बहुत ज्यादा ठंड आ हुण आपां जाके बना के पीवांगे चाह ते छानी की करूगा छानी दुध पीए के चाह पियो हैं ते छानी बना के लाया वा लाभ लो स्कूलों ते चलदे आ घर हुण मिलांगे तुहानूं कल वाली वीडियो ठंड बहुत ज्यादा वा जुकाम जिहा हो गया चलो जी ओके बाय।